ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਤੇ ਸਿਆਸੀ ਧਿਰਾਂ ਵੱਲੋਂ ਅਲੱਗ ਅਲੱਗ ਮੰਚ ਸਜਾਏ ਜਾਣ ਤੇ ਸਾਬਕਾ ਸਾਂਸਦ ਡਾਕਟਰ ਰਤਨ ਸਿੰਘ ਅਜਨਾਲਾ ਨੇ ਜੰਮ ਕੇ ਸਾਦੇ ਕੈਪਟਨ ਅਤੇ ਬਾਦਲਾਂ ਤੇ ਨਿਸ਼ਾਨੇ ਮਨਾਸੀ ਉਹਨਾਂ ਦਾ ਦਿਹਾੜਾ ਰਹੇ ਹਾਂ, ਪਰ ਆਪਸੇ ਚ ਅਸੀਂ ਆਪਣੀ ਸਿਆਸਤ ਖੇਡ ਰਹੇ ਹਾਂ, ਜਿਹੜੀ ਚੰਗੀ ਗੱਲ, ਇਕੱਠੇ ਹੋ ਕੇ ਦਿਹਾੜਾ ਮਨਾਉਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਸਾਬਕਾ ਸਾਂਸਦ ਡਾਕਟਰ ਰਤਨ ਸਿੰਘ ਅਜਨਾਲਾ, ਜਿਹਨਾਂ ਨੇ ਅੱਜ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕਰਦੇ ਹੋਇਆ ਗੱਲਬਾਤ ਦੌਰਾਨ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਹੋਵੇ ਜਾਂ ਸ਼੍ਰੋਮਣੀ ਅਕਾਲੀ ਦਲ ਬਾਦਲ, ਦੋਵੇਂ ਹੀ ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਦੇ ਉੱਤੇ ਘਟੀਆ ਸਿਆਸਤ ਕਰ ਰਹੇ ਨੇ ਆਪਣੇ ਅਲੱਗ ਅਲੱਗ ਮੰਚ ਸਜਾ ਕੇ, ਜਦਕਿ ਇਹਨਾਂ ਸਿਆਸੀ ਧਿਰਾਂ ਨੂੰ ਆਪਣੀ ਸਿਆਸਤ ਛੱਡ ਕੇ ਸਾਂਝੀ ਵਾਰਤਾ ਦਾ ਸੁਨੇਹਾ ਸਾਰੀ ਦੁਨੀਆ ਤੱਕ ਪਹੁੰਚਾਉਣਾ ਚਾਹੀਦਾ ਸੀ। ਉਹਨਾਂ ਇਹ ਵੀ ਕਿਹਾ ਕਿ ਨਵਜੋਤ ਸਿੰਘ ਸਿੱਧੂ ਦਾ ਇਸ ਲੰਘ ਨੂੰ ਖੁਲਵਾਉਣ ਵਾਸਤੇ ਬਹੁਤ ਵੱਡਾ ਯੋਗਦਾਨ ਸੀ, ਪਰ ਭਾਰਤ ਸਰਕਾਰ ਉਸ ਨੂੰ ਹੀ ਪਾਕਿਸਤਾਨ ਜਾਣ ਦੀ ਪਰਮਿਸ਼ਨ ਕੱਲਿਆਂ ਨਹੀਂ ਦੇ ਰਹੀ, ਜੋ ਬਹੁਤ ਗਲਤ ਗੱਲ ਹੈ। ਜੇ ਆਪਾਂ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਜਨਮ ਦਿਹਾੜਾ ਮਨਾ ਰਹੇ ਹਾਂ ਅਤੇ ਜਿਹੜਾ ਉਹਨਾਂ ਦਾ ਸੀਗਾ ਮਿਸ਼ਨ ਏਕਤਾ ਦਾ, ਇਹ ਹਿੰਦੁਸਤਾਨ ਚਾਰ ਵਰਨਾਂ 'ਚ ਵੰਡਿਆ ਸੀਗਾ, ਉਹਨਾਂ ਨੇ ਇਹਨੂੰ ਇੱਕ ਕਰਨ ਦੀ ਬੜੀ ਕੋਸ਼ਿਸ਼ ਕੀਤੀ ਅਤੇ ਮਨਾ ਅਸੀਂ ਉਹਨਾਂ ਦਾ ਦਿਹਾੜਾ ਰਹੇ ਹਾਂ, ਪਰ ਆਪਸੇ 'ਚ ਅਸੀਂ ਆਪਣੀ ਸਿਆਸਤ ਖੇਡ ਰਹੇ ਹਾਂ, ਜਿਹੜੀ ਚੰਗੀ ਗੱਲ ਨਹੀਂ। ਇਕੱਠੇ ਹੋ ਕੇ ਦਿਹਾੜਾ ਮਨਾਉਣਾ ਚਾਹੀਦਾ। ਨਵਜੋਤ ਸਿੱਧੂ ਦੀ ਕਰਤਾਰਪੁਰ ਲਾਂਘੇ ਲਈ ਬੜੀ ਵੱਡੀ ਕੰਟਰੀਬਿਊਸ਼ਨ, ਇਹ ਕਾਂਗਰਸ ਅਤੇ ਇਹ ਜਿਹੜੀ ਅਕਾਲੀ ਦਲ BJP ਇਹ ਵੀ ਚਾਹੁੰਦੇ ਨੇ ਭਈ ਇਹਦੀ ਕੋਈ ਵੀ ਕ੍ਰੈਡਿਟ ਨਵਜੋਤ ਸਿੱਧੂ ਨਾ ਜਾਵੇ, ਅਤੇ ਇਸੇ ਕਰਕੇ ਹੋਇਆ। ਅਦਰਵਾਈਜ਼ ਨਵਜੋਤ ਸਿੱਧੂ ਦਾ ਬਹੁਤ ਵੱਡਾ ਦੇਣ ਹੈ ਲਾਂਘੇ ਦਾ। ਦੇਖੋ, ਮੈਂ ਕਹਿੰਦਾ ਭਈ ਹਿੰਦੁਸਤਾਨ ਦੀ ਸਰਕਾਰ ਨੂੰ ਵੀ ਪਰਮਿਸ਼ਨ ਦੇਣੀ ਚਾਹੀਦੀ ਸੀ ਅਤੇ ਉੱਥੇ ਜਾ ਕੇ ਉਹ ਜਿਹੜਾ ਉਹਨਾਂ ਦਾ ਫੰਕਸ਼ਨ ਹੋ ਰਿਹਾ ਹੈ ਉੱਥੇ ਜਾ ਕੇ ਉਹ ਹਿੱਸਾ ਲੈਂਦਾ। ਜੇ ਹਿੰਦੁਸਤਾਨ ਦੀ ਸਰਕਾਰ ਨੇ ਨਹੀਂ ਦੇ ਰਹੀ ਤਾਂ ਮਾੜੀ ਗੱਲ। ਤੇ ਕੈਪਟਨ ਅਮਰਿੰਦਰ ਸਿੰਘ ਤਾਂ ਕਦੇ ਵੀ ਨਹੀਂ ਚਾਹੁੰਦੇ ਕਿ ਨਵਜੋਤ ਸਿੰਘ ਸਿੱਧੂ ਦੀ ਗੱਲ ਕਿਤੇ ਵੀ ਮੀਡੀਆ ਦੇ ਵਿੱਚ ਹੋਵੇ ਜਾਂ ਉਦਾਂ ਵੀ ਸਿੱਧੂ ਨੂੰ ਕਿਤੇ ਲਾਈਮਲਾਈਟ ਮਿਲੇ, ਕਿਉਂਕਿ ਇਹ ਸਭ ਜਾਣਦੇ ਨੇ ਕਿ 2022 ਦੇ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਲੋਕੀ ਪੰਜਾਬ ਦੇ CM ਦਾ ਫੇਸ ਮੰਨ ਰਹੇ ਨੇ। ਹੁਣ ਪਾਰਟੀ ਕਿਹੜੀ ਹੋਵੇਗੀ ਉਹ ਆਉਣ ਵਾਲਾ ਵਕਤ ਤੈਅ ਕਰੇਗਾ, ਪਰ ਇਹ ਕੋਈ ਵੀ ਨਹੀਂ ਨਕਾਰ ਸਕਦਾ ਕਿ ਨਵਜੋਤ ਸਿੰਘ ਸਿੱਧੂ ਉਹ ਸ਼ਖਸੀਅਤ ਹੈ ਜਿਸ ਦੇ ਚੱਲਦਿਆਂ ਕਰਤਾਰਪੁਰ ਲਾਂਘੇ ਦੀ ਖੁਸ਼ੀ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਝੋਲੀ ਦੇ ਵਿੱਚ ਪਈ ਹੈ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਅਜਨਾਲਾ ਤੋਂ ਜਗਜੀਤ ਸਿੰਘ ਅਜਨਾਲਾ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।